ਜੋ ਫੈਮਿਲੀ ਕਿਸ ਤਰ੍ਹਾਂ ਤੁਸੀਂ ਸਭ ਠੀਕ ਠਾਕ ਹੈ ਠੀਕ ਠਾਕ ਹੋ ਉਮੀਦ ਤੁਸੀਂ ਸਭ ਖੈਰਤ ਨਾਲ ਹੋਗੇ ਅਤੇ ਜੀ ਅਲਹਮਦੁਲਿਲਾ ਅਸੀਂ ਵੀ ਠੀਕ ਠਾਕ ਹਾਂ ਅਤੇ ਜੀ ਅਸੀਂ ਆ ਜਿਹੜੇ ਪਕੌੜੇ ਬਣਾਉਣ ਲੱਗੇ ਹਾਂ ਤੁਹਾਨੂੰ ਸਮਾਨ ਕਾਫੀ ਜ਼ਿਆਦਾ ਆਲੂ ਪਿਆਜ਼ ਬੈਂਗਣ ਪਾਲਕ ਅਤੇ ਕਾਫੀ ਦਫ਼ਾ ਤੁਸੀਂ ਖਾਧੇ ਹੋਣੇ ਪਕੌੜੇ ਆਲੂ ਦੇ ਪਿਆਜ਼ ਦੇ ਅਤੇ ਅਸੀਂ ਤਾਂ ਬਿਲਕੁਲ ਈਜ਼ੀਲੀ ਤਿਆਰ ਹੋ ਜਾਂਦੀ ਵੀ ਦਸਤੀ ਦੋ ਅਸੀਂ ਤਿਆਰ ਇਹਨਾਂ ਨੂੰ ਬਣਾਵਾਂਗੇ ਅਤੇ ਬਹੁਤ ਹੀ ਮਜ਼ੇ ਦੇ ਬਣਨਗੇ ਅਤੇ ਆਓ ਅਸੀਂ ਆਪਣੀ ਵੀਡੀਓ ਦੀ ਤਿਆਰੀ ਕਰਨੇ ਆ ਟਾਈਮ ਜ਼ਾਇਆ ਕੀਤੇ ਬਗੈਰ ਅਤੇ ਜੇ ਸਾਡੇ ਕੋਲ ਆਲੂ ਨੇ ਤਕਰੀਬਨ ਅੱਧਾ ਕਿਲੋ ਆਲੂ ਨੇ ਅਤੇ ਆਲੂ ਅਤੇ ਆਲੂਆਂ 'ਤੇ ਕਾਫੀ ਜ਼ਿਆਦਾ ਮਿੱਟੀ ਹੁੰਦੀ ਹੈ ਅਤੇ ਅਸੀਂ ਇਹਨਾਂ ਨੂੰ ਬਾਇਲ ਕਰਨਾ ਇਹਨੂੰ ਅੱਛੇ ਤਰੀਕੇ ਨਾਲ ਤੁਸੀਂ ਧੋਣੇ ਨਾ ਅਤੇ ਅਸੀਂ ਵੀ ਅੱਛੇ ਤਰੀਕੇ ਨਾਲ ਧੋ ਰਹੇ ਹਾਂ ਇਹਨਾਂ ਨੂੰ ਪਾਉਣ ਲੱਗੇ ਹਾਂ ਪਾਣੀ ਮਿੱਟੀ ਦੀ ਹਾਂਡੀ ਵਿੱਚ ਆਲੂ ਜਲਦੀ ਬਾਇਲ ਹੋ ਜਾਣਗੇ ਕਿਉਂਕਿ ਇਹਦੀ ਆਵਾਜ਼ ਜਿਹੜੀ ਉਹ ਬਾਹਰ ਨਹੀਂ ਆਉਂਦੀ ਅਸੀਂ ਪਾਣੀ ਪਾਉਣ ਲੱਗੇ ਹਾਂ ਕਿਉਂਕਿ ਜਿੰਨੇ ਸਾਡੇ ਆਲੂ ਨੇ ਇੰਨੇ ਪਾਣੀ 'ਚ ਹੋ ਜਾਣਗੇ ਅਤੇ ਜੇ ਅਸੀਂ ਇਸ ਪਾਈਏ ਆਲੂ ਕਟਿੰਗ ਕਰ ਲੈਂਦੇ ਹਾਂ ਅਤੇ ਜੀ ਇਹ ਬਹੁਤ ਹੀ ਸਸਤੀ ਬਣ ਜਾਂਦੀ ਹੈ ਤੁਹਾਡੇ ਘਰ ਕੋਈ ਮਹਿਮਾਨ ਆਉਂਦਾ ਜਲਦੀ ਤਿਆਰ ਹੋਣ ਵਾਲੀ ਹੈ ਅਤੇ ਅਕਸਰ ਘਰਾਂ ਦੇ ਵਿੱਚ ਫਰਿੱਜਾਂ ਵਿੱਚ ਆਲੂ ਬਾਇਲ ਹੋਏ ਹੁੰਦੇ ਨੇ ਅਤੇ ਝਟਪਟ ਤਿਆਰ ਹੋ ਜਾਂਦੀ ਹੈ ਰੈਸਪੀ ਅਤੇ ਅਸੀਂ ਜੀ ਪਿਆਜ਼ ਨੂੰ ਜੇ ਅਸੀਂ ਆਪਣੇ ਆਲੂ ਰੱਖੇ ਨੇ ਸਾਡੇ ਆਲੂ ਉਬਲਦੇ ਪਏ ਨੇ ਆਲੂ ਸਾਡੇ ਬਾਇਲ ਹੋਣਗੇ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਦੂਜਾ ਸਮਾਨ ਲੈਂਦਾ ਉਹ ਤਿਆਰ ਕਰ ਰਹੇ ਹਾਂ ਇਹਦੇ ਤੀਕਰ ਅਤੇ ਆਲੂ ਤੁਹਾਨੂੰ ਪਤਾ ਥੋੜ੍ਹੀ ਜਿਹੀ ਟਾਈਮ ਦਿੰਦੇ ਨੇ 10-15 ਮਿੰਟ ਲੱਗ ਜਾਂਦੇ ਨੇ ਆਲੂਆਂ ਨੂੰ ਲੰਬਾਈ 'ਚ ਕੱਟਾਂਗੇ ਬਰੀਕ ਬਰੀਕ ਬਿਲਕੁਲ ਜਿੰਨੇ ਵੀ ਬਰੀਕ ਹੋ ਸਕਣ ਉਨੇ ਬਰੀਕ ਕੱਟਣੇ ਨੇ ਅਸੀਂ ਅਤੇ ਅਸੀਂ ਦੂਸਰੇ ਤਰੀਕੇ ਦਾ ਪਿਆਜ਼ ਨਹੀਂ ਕੱਟਣਾ ਜਿਸ ਤਰ੍ਹਾਂ ਅਸੀਂ ਆਮ ਪਕੌੜਿਆਂ 'ਚ ਪਾਉਂਦੇ ਵਾਂ ਇਹਨਾਂ ਨੂੰ ਅਸੀਂ ਲੰਬਾਈ 'ਚ ਕੱਟਣਾ ਔਰ ਬਹੁਤ ਹੀ ਬਰੀਕ ਬਰੀਕ ਕੱਟਾਂਗੇ ਅਤੇ ਜੀ ਇਹ ਮੇਰੀ ਛੁਰੀ ਵੀ ਬਹੁਤ ਤੇਜ਼ ਹੈ ਅਤੇ ਮੈਂ ਬੜੇ ਧਿਆਨ ਨਾਲ ਕਰਨੀ ਪਈ ਹਾਂ ਮੌਸਮ ਕਾਫੀ ਬਹੁਤ ਇਹ ਦਿਨ ਹੋਇਆ ਬਹੁਤ ਹੀ ਪਿਆਰਾ ਬਹੁਤ ਜ਼ਿਆਦਾ ਅਤੇ ਜੀ ਠੰਡਾ ਠੰਡਾ ਮੌਸਮ ਹੈ ਬਾਰਿਸ਼ ਦੇ ਕੱਲ੍ਹ ਬਹੁਤ ਜ਼ਿਆਦਾ ਹੋਈ ਸੀ ਅਤੇ ਅਸੀਂ ਤੁਹਾਡੇ ਨਾਲ ਕੱਲ੍ਹ ਵੀ ਆਪਣੀ ਵੀਡੀਓ ਸ਼ੇਅਰ ਕੀਤੀ ਸੀ ਅਤੇ ਫਿਰ ਵਿਲੇਜ ਦੀ ਵੀਡੀਓ ਕਰ ਰਹੇ ਹਾਂ ਅਤੇ ਬਹੁਤ ਹੀ ਮਜ਼ੇਦਾਰ ਸਪਾਈਸੀ ਪਕੌੜੇ ਦੀ ਰੈਸਪੀ ਵੇ ਅਤੇ ਅਸੀਂ ਜਲਦੀ ਜਲਦੀ ਕੰਮ ਕਰਕੇ ਤੁਹਾਡੇ ਨਾਲ ਗੱਪਸ਼ਾਪ ਵੀ ਲਾਉਂਦੇ ਹਾਂ ਕਿ ਛੁੱਟੀ ਸਾਡਾ ਟਾਈਮ ਵੀ ਪਾਸ ਹੋ ਜਾਏ ਤੁਸੀਂ ਤੁਹਾਡੇ ਨਾਲ ਗੱਪਸ਼ਾਪ ਵੀ ਲਾਈਏ ਅਤੇ ਬੱਚੇ ਮੇਰੇ ਸੁੱਤੇ ਹੋਏ ਨੇ ਤਾਂ ਤੁਹਾਨੂੰ ਸਾਡੇ ਚੁੱਲ੍ਹੇ ਦੇ ਉੱਤੇ ਵੀ ਸੋਨ ਸਪਾਟਾ ਨਜ਼ਰ ਆ ਰਿਹਾ ਹੋਣਾ ਬੱਚੇ ਸਾਡੇ ਸੁੱਤੇ ਹੋਏ ਆ ਚੱਕ ਕਰਨਾ ਆਲੂ ਸਾਡੇ ਆਲੂ ਬਾਇਲ ਹੋਏ ਨੇ ਕਿ ਨਹੀਂ ਕਿਉਂਕਿ ਜਿਹਦੇ ਕੋਲ ਸਾਡੇ ਆਲੂ ਨਹੀਂ ਬਾਇਲ ਹੋਣੇ ਉਹਦੇ ਤੀਕਰ ਜੀ ਥੋੜ੍ਹੀ ਜਿਹੀ ਕਸਰ ਹੈ ਆਲੂਆਂ 'ਚ ਆਲੂ ਇਹ ਅੱਛੀ ਤਰ੍ਹਾਂ ਬਾਇਲ ਨਹੀਂ ਹੋਏ ਵਿੱਚੋਂ ਸਖਤ ਨੇ ਇਹ 2-3 ਮਿੰਟ ਲੈਣਗੇ ਅਤੇ ਅਸੀਂ ਜਿਹੜਾ ਹੈ ਨਾ ਆਪਣਾ ਦੂਸਰਾ ਸਮਾਨ ਜਿਹੜਾ ਤੁਹਾਨੂੰ ਖਾਂਦੇ ਹਾਂ ਅਸੀਂ ਕੱਟਿਆ ਅਤੇ ਜੀ ਇਹ ਵੇਖੋ ਅਸੀਂ ਕਰ ਲੈਣੇ ਨੇ ਅਤੇ ਜੀ ਇਹ ਅਸੀਂ ਪਾਲਕ ਕੱਟੀ ਹੈ ਬਿਲਕੁਲ ਬਰੀਕ ਬਰੀਕ ਅਤੇ ਅਗਲੇ ਸਟੈਪ ਸਾਡਾ ਹੁਣ ਆਲੂ ਜਦੋਂ ਬਾਇਲ ਹੋਣਗੇ ਅਤੇ ਅਸੀਂ ਜੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਹਾਨੂੰ ਅਸੀਂ ਆਸਾਨ ਜੀ ਰੈਸਪੀ ਦੱਸੀਏ ਕਿਉਂਕਿ ਪਿੰਡਾਂ ਵਿੱਚ ਇੰਨੀਆਂ ਚੀਜ਼ਾਂ ਤੁਹਾਨੂੰ ਪਤਾ ਮਸਾਲੇ ਵਗੈਰਾ ਦਸਤਿਆਬ ਨਹੀਂ ਹੁੰਦੇ ਪਿੰਡਾਂ ਦੇ ਛੋਟੇ ਛੋਟੇ ਦੁਕਾਨਾਂ ਹੁੰਦੀਆਂ ਸਬਜ਼ੀਆਂ ਵਾਲੀਆਂ ਅਤੇ ਕਈ ਪਿੰਡਾਂ ਨੂੰ ਤਾਂ ਸ਼ਹਿਰ ਵੀ ਬਹੁਤ ਜ਼ਿਆਦਾ ਦੂਰ ਹੁੰਦੇ ਨੇ ਅਤੇ ਅਸੀਂ ਇਹੀ ਕੋਸ਼ਿਸ਼ ਹੁੰਦੀ ਹੈ ਮੇਰੀ ਕਿ ਮੈਂ ਤੁਹਾਡੇ ਵਾਸਤੇ ਬਿਲਕੁਲ ਆਸਾਨ ਜੀ ਰੈਸਪੀ ਲੈ ਕੇ ਆਵਾਂ ਜਿਹੜੀ ਤੁਸੀਂ ਘਰ ਦੇ ਸਮਾਨ 'ਚੋਂ ਆਪਣੀ ਸਬਜ਼ੀ ਵਾਲੀ ਦੁਕਾਨ ਤੋਂ ਹੀ ਲੈ ਕੇ ਅਤੇ ਬਣਾ ਸਕੋ ਅਤੇ ਇਨਸ਼ਾਅੱਲਾ ਤੁਹਾਨੂੰ ਇਹ ਬਹੁਤ ਹੀ ਪਸੰਦ ਆਉਣਗੇ ਅਤੇ ਜੀ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਕਰਨਾ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਮੈਂ ਆਟਾ ਗੁੰਨ ਲੈਂਦੀ ਕਿਉਂਕਿ ਆਲੂ ਜੀ ਟਾਈਮ ਹੈਗਾ ਅਤੇ ਅਸੀਂ ਆਟਾ ਗੁੰਨ ਲੈਂਦੇ ਹਾਂ ਜੀ ਬਿਸਮਿਲ ਲਾਵਾਂਗੇ ਠੰਡੇ ਪਾਣੀ ਦੇ ਵਿੱਚ ਜਿਹੜਾ ਪਾਣੀ ਅਸੀਂ ਲਿਆ ਕੇ ਰੱਖਿਆ ਅਤੇ ਅਸੀਂ ਉਹਦੇ ਵਿੱਚ ਸੁੱਟਣ ਲੱਗੇ ਹਾਂ ਤਾਂ ਕਿ ਠੰਡਾ ਬਿਲਕੁਲ ਠੰਡਾ ਹੋਈਏ
ਜੀ ਆਲੂ ਸਾਡੇ ਬਿਲਕੁਲ ਤਿਆਰ ਨੇ ਅਤੇ ਜੀ ਸਾਡੇ ਕੋਲ ਥੋੜ੍ਹਾ ਜਿਹਾ ਸਾਲਨ ਗੋਸ਼ਤ ਦਾ ਸਾਲਨ ਸੀ ਅਤੇ ਅਸੀਂ ਜਿਹੜਾ ਉਹਦਾ ਗੋਸ਼ਤ ਸੀ ਉਹ ਵੀ ਅਸੀਂ ਵਿੱਚ ਸ਼ਾਮਿਲ ਕਰ ਲਿਆ ਇਹਨਾਂ ਦੇ ਅਸੀਂ ਕਰਾਂਗੇ ਨਾਲ ਅਤੇ ਨਾਲ ਅਸੀਂ ਇਹਨਾਂ ਨੂੰ ਸ਼ਾਮਿਲ ਕਰਾਂਗੇ ਕਿਉਂਕਿ ਕੋਈ ਵੀ ਚੀਜ਼ ਜ਼ਾਇਆ ਨਹੀਂ ਕਰਨੀ ਚਾਹੀਦੀ। ਮੈਂ ਲਾਹਣ ਲੱਗੀ ਹਾਂ ਕਿਉਂਕਿ ਹਾਂਡੀ ਜਿਹੜੀ ਉਹ ਬੜੀ ਇਤਿਹਾਸ ਨਾਲ ਲਾਉਣੀ ਪੈਣੀ ਹੈ ਕਿਉਂਕਿ ਗਰਮ ਬਹੁਤ ਜ਼ਿਆਦਾ ਹੋ ਗਈ ਹੈ। ਸਾਡੇ ਆਲੂ ਹੋ ਗਏ ਨੇ ਬਾਇਲ ਅਤੇ ਫਿਰ ਪਾਉਣ ਲੱਗੇ ਜਿਸ ਤਰ੍ਹਾਂ ਤੁਹਾਨੂੰ ਅਸੀਂ ਦੱਸਿਆ ਸੀ ਸਾਡੇ ਕੋਲ ਰਾਤ ਦਾ ਗੋਸ਼ਤ ਬਚਿਆ ਸੀ ਅਸੀਂ ਉਹ ਨਰੇਸ਼ਿਸ਼ ਕਰਕੇ ਵਿੱਚ ਪਾ ਦਿੱਤੇ ਅਸੀਂ ਇਹਨਾਂ ਨੂੰ ਇਹਦੇ ਨਾਲ ਕੁੱਟ ਲਾਂਗੇ ਕੁੜੀ ਡੰਡੇ 'ਚ ਅਤੇ ਜੀ ਸਾਡੇ ਆਲੂ ਦੋ ਰਹਿ ਗਏ ਨੇ ਉਹ ਵੀ ਫਟਾਫਟ ਛਿੱਲ ਲਈਏ। ਕੁੜੀ ਡੰਡੇ ਦੇ ਵਿੱਚ ਅਤੇ ਆਲੂ ਦੇ ਗੋਸ਼ਤ ਦਾ ਬਹੁਤ ਜ਼ਿਆਦਾ ਬੜੇ ਸੋਹਣੇ ਗਲਦੇ ਨੇ ਅਤੇ ਜ਼ਰਾ ਜਿੰਨੇ ਵੀ ਖੜ੍ਹੇ ਨਹੀਂ ਹੈਗੇ ਆਲੂ ਅਤੇ ਆਲੂ ਖੜ੍ਹੇ ਹੋਣੇ ਵੀ ਨਹੀਂ ਚਾਹੀਦੇ ਕਿਉਂਕਿ ਫਿਰ ਹੀ ਸਾਡੇ ਜਿਹੜੇ ਆਲੂ ਦੇ ਪਕੌੜੇ ਨੇ ਅਤੇ ਉਹ ਮਜ਼ੇ ਦੇ ਬਣਨਗੇ ਜੇ ਖੜ੍ਹੇ ਹੋਏ ਤਾਂ ਫਿਰ ਤੁਹਾਡੇ ਆਲੂ ਜਿਹੜੇ ਨੇ ਪਕੜ ਨਹੀਂ ਕਰਨਗੇ। ਜੀ ਹੋ ਗਿਆ ਕੁੱਟਿਆ ਅਤੇ ਜੀ ਅਸੀਂ ਜਿਹੜਾ ਸਾਡਾ ਮਸਾਲਾ ਤਿਆਰ ਹੋ ਗਿਆ ਆਲੂ ਅਤੇ ਗੋਸ਼ ਅਤੇ ਅਸੀਂ ਇਹਨਾਂ ਨੂੰ ਕੁੱਟ ਲਿਆ ਅਤੇ ਇਹਨਾਂ ਦੇ ਦੂਸਰੀਆਂ ਚੀਜ਼ਾਂ ਅਸੀਂ ਸ਼ਾਮਿਲ ਕਰਨੇ ਵਾਂ ਅਤੇ ਸਾਡਾ ਜਿਹੜੀ ਇਹਦੀ ਪਿੱਛੀ ਤਕਰੀਬਨ ਤਿਆਰ ਹੋ ਚੱਲੀ ਹੈ। ਹੋ ਗਿਆ ਤਿਆਰ ਅਤੇ ਜੇ ਅਸੀਂ ਇਹਦੇ ਵਿੱਚ ਮਸਾਲੇ ਪਾ ਜੀ 2 ਚਮਚ ਅਸੀਂ ਪਾਵਾਂਗੇ ਲਾਲ ਮਿਰਚ ਪਾਊਡਰ ਅਸੀਂ ਕੁੱਟ ਕੇ ਰੱਖਿਆ ਅਸੀਂ ਉਹ ਪਾਉਣ ਲੱਗੇ ਹਾਂ ਬਸ ਟੇਸਟ ਦੇ ਮੁਤਾਬਕ ਕਿਉਂਕਿ ਗਰਮੀ ਬਹੁਤ ਜ਼ਿਆਦਾ। ਮਿਰਚ ਸਬਜ਼ ਧਨੀਆ ਸੀ ਅਤੇ ਉਹ ਸਾਡਾ ਜ਼ਾਇਆ ਚਲਾ ਜਾਣਾ ਸੀ ਅਸੀਂ ਉਹ ਵੀ ਕੱਟ ਲੈਂਦੇ ਹਾਂ ਪਿਆਜ਼ਾਂ ਦੇ ਵਿੱਚ ਬਰੀਕ ਬਰੀਕ ਕਰਕੇ ਕਿਉਂਕਿ ਗ੍ਰੀਨ ਗ੍ਰੀਨ ਬੜਾ ਪਿਆਰਾ ਆਏਗਾ ਹਰਾ ਹਰਾ ਅਤੇ ਅਸੀਂ ਜੀ ਬਰੀਕ ਬਰੀਕ ਕਰਕੇ ਕੱਟਦੇ ਹਾਂ ਇਹਨੂੰ ਅਤੇ ਪਿਆਜ਼ ਅਸੀਂ ਧੋ ਕੇ ਵੈਸੇ ਲਿਆਇਆ ਸਾ ਅਤੇ ਹੁਣ ਦੁਬਾਰਾ ਫਿਰ ਧੋਣੇ ਪੈਣਾ ਸਾਨੂੰ ਅਤੇ ਜੀ ਅੱਜ ਸਾਲਗਿਰਾ ਅਤੇ ਜ਼ਾਰਾ ਫਾਤਮਾ ਨੇ ਸ਼ਾਮ ਨੂੰ ਕਿ ਮੈਂ ਜ਼ਾਰਾ ਫਾਤਮਾ ਦੀ ਫਰਮਾਇਸ਼ ਤਾਂ ਕਰਨ ਲੱਗੀ ਹਾਂ ਲੱਛੇਦਾਰ ਪਿੱਠੀ ਵਾਲੇ ਪਕੌੜੇ ਅਤੇ ਜ਼ਾਰਾ ਫਾਤਮਾ ਨੂੰ ਬਹੁਤ ਪਸੰਦ ਹੈ ਅਤੇ ਜ਼ਾਰਾ ਫਾਤਮਾ ਬੜੇ ਜੋਸ਼ਾਂ ਨਾਲ ਦੇ ਰਹੀ ਹੈ ਅਤੇ ਅਸੀਂ ਜੀ ਆਪਣਾ ਜਿਹੜਾ ਮਸਾਲਾ ਅਸੀਂ ਮਿਕਸ ਕਰਨ ਲੱਗੇ ਹਾਂ ਹਾਂਜੀ ਜ਼ਾਰਾ ਫਾਤਮਾ ਕਹਿ ਰਹੀ ਅਗਰ ਤੁਸੀਂ ਖਾਣੇ ਹੋਣਗੇ ਤਾਂ ਤੁਸੀਂ ਆ ਕੇ ਖਾ ਲੈਣਾ ਅਤੇ ਜ਼ਾਰਾ ਫਾਤਮਾ ਦੀ ਸਾਲਗਿਰਾ ਅਤੇ ਅਸੀਂ ਕੇਕ ਨਹੀਂ ਅਸੀਂ ਪੇਸਟਰੀਆਂ ਲਿਆਵਾਂਗੇ ਬੰਦੇ ਨੇ ਅਤੇ ਅਸੀਂ ਕੇਕ ਨਹੀਂ ਅਫੋਰਡ ਕਰ ਸਕਦੇ ਅਤੇ ਅਸੀਂ ਫਿਰ ਇਸ ਵਜ੍ਹਾ ਸਾਡੇ ਘਰ ਹੀ ਸਾਰੀਆਂ ਚੀਜ਼ਾਂ ਸੀ ਅਸੀਂ ਉਹਨਾਂ ਦੇ ਨਾਲ ਹੀ ਜ਼ਾਰਾ ਫਾਤਮਾ ਦੀ ਬਰਥਡੇ ਹਾਂ ਜੀ ਜ਼ਾਰਾ ਫਾਤਮਾ ਆਪਣੀ ਅੰਮੀ ਨੂੰ ਹਵਾ ਚੱਲ ਰਹੀ ਹੈ ਤੁਹਾਨੂੰ ਪਤਾ ਜ਼ਾਰਾ ਫਾਤਮਾ ਆਪਣੀ ਅੰਮੀ ਨੂੰ ਹਵਾ ਕਿਉਂ ਚੱਲ ਰਹੀ ਹੈ ਕਿਉਂਕਿ ਜ਼ਾਰਾ ਫਾਤਮਾ ਦੀ ਅੱਜ ਸਾਲਗਿਰਾ ਅਤੇ ਜ਼ਾਰਾ ਫਾਤਮਾ ਜਿਹੜੀ ਹੈ ਨਾ ਇਸ ਵਜ੍ਹਾ ਤੋਂ ਮਿੱਠੀ ਮਿੱਠੀ ਹੋ ਰਹੀ ਮੇਰੇ ਨਾਲ ਹੈ ਨਾ ਜ਼ਾਰਾ ਜਿਹੜੀਆਂ ਉਹ ਕਟਿੰਗ ਕਰ ਰਹੇ ਹਾਂ ਬਰੀਕ ਬਰੀਕ ਕਰਕੇ ਆ ਜਾ ਤੂੰ ਵੀ ਆ ਜਾ ਜੀ ਸੁਨੈਣ ਭਾਈ ਉੱਠ ਗਿਆ ਵੇ ਪਾਲਕ ਸ਼ਾਮਲ ਬਹੁਤ ਹੀ ਮਜ਼ੇ ਦੇ ਔਰ ਬਹੁਤ ਹੀ ਸਪਾਈਸੀ ਜਿਹੜੇ ਨੇ ਉਹ ਬਹੁਤ ਹੀ ਅੱਛੇ ਬਣਨਗੇ ਅਤੇ ਜੀ ਇਹ ਬੜੇ ਵਿੱਚ ਸੋਫਟ ਸੋਫਟ ਹੁੰਦੇ ਨੇ ਅਤੇ ਅਸੀਂ ਜਿਹੜਾ ਉੱਤੇ ਹੈ ਕਰ ਰਹੇ ਵਾ ਇਹਦੀ ਕੋਟਿੰਗ ਪਾਲਕ ਦੀ ਅਤੇ ਪਿਆਜ਼ ਦੀ ਕਿਆ ਹੀ ਕਹਿਣਾ ਇਹਦਾ ਅਤੇ ਬਹੁਤ ਹੀ ਸਪਾਈਸੀ ਔਰ ਬੜੇ ਮਜ਼ੇ ਦੇ ਬਣਨਗੇ ਅਤੇ ਜੀ ਇਹਨੂੰ ਹਲਕਾ ਜਿਹਾ ਤੁਸੀਂ ਦਬਾ ਦੇਣਾ ਉੱਤੋਂ ਗਿਆ ਅਤੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੀਆਂ ਔਰ ਬਹੁਤ ਹੀ ਮਜ਼ੇ ਦੀਆਂ ਔਰ ਜਲਦੀ ਤਿਆਰ ਹੋਣ ਵਾਲੀਆਂ ਰੈਸਪੀਆਂ ਅਤੇ ਜੋ ਸੁਨੈਣ ਭਾਈ ਨੂੰ ਲੱਗੀ ਹੋਈ ਭੁੱਖ ਅਤੇ ਸੁਨੈਣ ਭਾਈ ਫਟਾਫਟ ਚੱਲ ਰਿਹਾ ਪੱਖਾ ਕਿ ਮੇਰੀ ਮੰਮਾ ਜਲਦੀ ਜਲਦੀ ਵਿਸ਼ਨ ਵਿਸ਼ਨ ਕਰ ਲਈ ਸ਼ਾਮਿਲ ਜਿਹੜਾ ਤੁਸੀਂ ਬਰਸਿਆ ਵੀ ਤਿਆਰ ਕੀਤਾ ਉਹ ਵੀ ਅਸੀਂ ਇਹਦੇ ਸ਼ਾਮਿਲ ਕਰ ਲੈਂਦੇ ਹਾਂ ਕਿਉਂਕਿ ਅਸੀਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਤੁਹਾਡੀ ਕੋਈ ਚੀਜ਼ ਵੀ ਜ਼ਾਇਆ ਨਹੀਂ ਜਾਣ ਦਾਂਗੇ ਅਤੇ ਜਲਦੀ ਤਿਆਰ ਹੋਣ ਲੱਗੀ ਹੈ ਅਤੇ ਅਸੀਂ ਇਹਦੇ ਵਿੱਚ ਪਾ ਲੱਗੇ ਹਾਂ ਘਿਓ
ਅੱਜ ਅੱਜ ਬਹੁਤ ਖੁਸ਼ ਹੈ ਜ਼ਾਰਾ ਫਾਤਮਾ ਦੀ ਸਾਲਗਿਰਾ, ਅਤੇ ਜ਼ਾਰਾ ਫਾਤਮਾ ਜਿਹੜੀ ਹੈ ਉੱਡੀ ਉੱਡੀ ਹੈ ਅੱਜ, ਅਤੇ ਜ਼ਾਰਾ ਫਾਤਮਾ ਕਹਿੰਦੀ ਜੀ ਫਟਾਫਟ ਲਿਆਓ ਕੇਕ ਅਤੇ ਕੱਟੋ, ਅਤੇ ਜ਼ਾਰਾ ਫਾਤਮਾ ਵਾਸਤੇ ਬਹੁਤ ਤਿਆਰੀਆਂ ਹੋ ਰਹੀਆਂ ਨੇ, ਅਤੇ ਜ਼ਾਰਾ ਫਾਤਮਾ ਨੂੰ ਹਸਤ ਲੱਗੇ। ਹਾਂ ਜੀ, ਹੁਸਨੈਨ ਭਾਈ ਕਹਿ ਰਿਹਾ ਮੇਰੀ ਬਰਥਡੇ, ਅਤੇ ਜ਼ਾਰਾ ਕਹਿ ਰਹੀ ਮੇਰੀ ਬਰਥਡੇ, ਤੁਸੀਂ ਸਾਨੂੰ ਘੁੰਮਣ 'ਚ ਦੱਸਣਾ ਅੱਜ ਕਿੰਨੀ, ਅੱਜ 7 ਜੁਲਾਈ ਵੇ, ਅਤੇ ਕਿੰਨੀ ਬਰਥਡੇ ਹੈ ਹੁਸਨੈਨ ਭਾਈ ਡਿੱਗ ਗਿਆ ਫੱਟੀ ਤੋਂ ਥੱਲੇ, ਅਤੇ ਜੀ ਸਾਡਾ ਗਰਮ ਗਰਮ ਅਤੇ ਅਸੀਂ ਇਹ ਪਾਉਣ ਲੱਗੇ ਅਤੇ ਆਰਾਮ ਨਾਲ ਪਾਉਣਾ। ਸਾਡੀ ਦੀਦੀ ਕੋਲ ਕੜਾਹੀ ਹੈ, ਤੁਸੀਂ ਉਸ ਹਿਸਾਬ ਨਾਲ ਹੀ ਕਰਨਾ, ਅਤੇ ਅਸੀਂ ਨਹੀਂ ਲੱਗ ਰਿਹਾ ਕਿ ਸਾਡੀ ਕੜਾਹੀ ਉੱਥੇ ਸਾਰੇ ਹੀ ਆ ਜਾਣਗੇ ਜੀ। ਅਸੀਂ ਚਲੋ ਜੀ, ਸਾਡੇ ਅਸੀਂ ਉੱਤੇ ਰੱਖ ਦਿੱਤੇ ਨੇ ਜੀ, ਬੜੇ ਮਜ਼ੇਦਾਰ ਔਰ ਬਹੁਤ ਸਪਾਈਸੀ ਬਣਦੇ ਨੇ, ਤੁਸੀਂ ਟਰਾਈ ਕਰਨਾ ਸਾਨੂੰ ਦੱਸਣਾ, ਇਹ ਤੁਹਾਨੂੰ ਸਾਡੀ ਰੈਸਪੀ ਆ ਗਈ। ਸਾਡੇ ਲੱਛੇਦਾਰ ਮਿੱਠੀ ਵਾਲੇ ਪਿਆਜ਼ ਲੱਛੇਦਾਰ ਨੇ ਪਕੌੜੇ, ਔਰ ਬਹੁਤ ਹੀ ਸਪਾਈਸੀ ਔਰ ਬਹੁਤ ਹੀ ਮਜ਼ੇਦਾਰ ਖੁਸ਼ਬੂ ਆ ਰਹੀ। ਪਕੌੜੇ ਨਿਕਲ ਗਏ ਨੇ ਅਤੇ ਅਸੀਂ ਇਹ ਦੂਸਰੇ ਬਣਾ ਰਹੇ ਸਾਦੇ ਪਕੌੜੇ, ਅਤੇ ਅਸੀਂ ਦੋ ਰੈਸਪੀਆਂ ਬਣਾਈਆਂ ਤੁਹਾਡੇ ਸਾਹਮਣੇ। ਇੱਕ ਸਾਡੇ ਕੋਫਤਾ ਪਕੌੜੇ ਆ ਬਿਲਕੁਲ ਰੈਡੀ ਹੋ ਚੁੱਕੇ ਨੇ, ਅਤੇ ਦੂਸਰੇ ਅਸੀਂ ਤਿਆਰ ਕਰ ਰਹੇ ਹਾਂ। ਪੂਰ ਰਹਿ ਗਿਆ ਅਤੇ ਬਕਾਇਆ ਸਾਡਾ ਦੇਖੋ ਜੀ ਕੋਫਤਾ ਪਕੌੜਾ, ਪਿਆਜ਼ ਕੋਫਤਾ ਪਕੌੜਾ ਤਿਆਰ ਹੈ, ਅਤੇ ਅੱਜ ਸਾਡਾ ਬਹੁਤ ਹੀ ਮਜ਼ੇਦਾਰ ਬਹੁਤ ਹੀ ਸਪਾਈਸੀ ਲੱਗ ਰਿਹਾ, ਤਾਂ ਮੈਂ ਤੋੜ ਕੇ ਵੀ ਖਾਣੀ ਥੋੜ੍ਹਾ। ਪਿਆਜ਼ ਕੋਫਤਾ ਪਕੌੜਾ ਅਤੇ ਅਸੀਂ ਅੱਜ ਬਹੁਤ ਹੀ ਮਜ਼ੇ ਦੇ ਬਹੁਤ ਹੀ ਪਿਆਰੇ ਮਸ਼ਰੂਮ ਦਾ ਬਹੁਤ ਬਹੁਤ ਪਿਆਰਾ ਕਲਰ ਆਇਆ ਜੀ। ਇਹ ਸਾਡਾ ਪਿਆਜ਼ ਲੱਛੇਦਾਰ ਪਕੌੜਾ, ਅਤੇ ਅਸੀਂ ਇਹਨੂੰ ਤੋੜਨੇ ਆ, ਬਹੁਤ ਹੀ ਸੋਫਟ ਹੈ, ਅਤੇ ਜੀ ਵੇਖਣ 'ਚ ਵੀ ਬਹੁਤ ਸਪਾਈਸੀ ਔਰ ਬਹੁਤ ਮਜ਼ੇਦਾਰ ਲੱਗ ਰਿਹਾ। ਅਤੇ ਪਕੌੜਾ ਲੈਣ ਵਾਸਤੇ ਐਲੋ ਜੀ ਜ਼ਾਰਾ ਫਾਤਮਾ ਹੁਸਨੈਨ ਭਾਈ, ਚਲੋ ਖਾ ਕੇ ਮੰਮਾ ਨੂੰ ਦੱਸਣੇ ਕਿਸ ਤਰ੍ਹਾਂ ਦੇ ਬਣੇ। ਅੱਛਾ, ਔਰ ਬਹੁਤ ਸਪਾਈਸੀ, ਮੈਂ ਤੁਹਾਡੇ ਸਾਹਮਣੇ ਖਾ ਰਹੀ ਹਾਂ ਜੀ। ਬਣਾਓ ਤਾਂ ਆਪਣੀ ਫੈਮਿਲੀ ਨੂੰ ਖੁਸ਼ ਕਰੋ, ਅਤੇ ਸਾਡੀ ਅੱਗ ਵੀ ਬੁਝ ਹੋਈ ਹੈ। ਸ਼ੁਰੂ ਕਰ ਰਹੇ ਹਾਂ ਦੁਪਹਿਰ ਦਾ ਖਾਣਾ ਜੀ, ਵੀਡੀਓ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ, ਅਤੇ ਅਸੀਂ ਜੀ ਬਣਾਉਣ ਲੱਗੇ ਹਾਂ ਰੋਟੀਆਂ, ਅਤੇ ਬੱਚਿਆਂ ਨੂੰ ਭੁੱਖ ਲੱਗੀ ਹੋਈ ਹੈ, ਅਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਅਸੀਂ ਅੱਜ ਬਣਾਏ ਨੇ ਪਿਆਜ਼ ਲੱਛੇਦਾਰ ਕੋਫਤੇ ਅਤੇ ਪਿਆਜ਼ ਲੱਛੇਦਾਰ ਪਕੌੜੇ, ਦੋਵੇਂ ਬਣਾਏ ਨੇ ਅਸੀਂ, ਅਤੇ ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਏਗੀ, ਅਤੇ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਸਾਨੂੰ ਆਪਣੇ ਦੋਸਤਾਂ ਨਾਲ ਵੀ ਸਾਡੀ ਵੀਡੀਓ ਸ਼ੇਅਰ ਕਰਨਾ, ਅਤੇ ਹੋ ਸਕੇ ਤੋਂ ਜ਼ਿਆਦਾ ਲਾਈਕ ਔਰ ਸਬਸਕ੍ਰਾਈਬ ਕਰਨਾ। ਅਤੇ ਸਾਡੇ ਆਖਰੀ ਪੂਰੇ, ਅਤੇ ਅਸੀਂ ਇਹਨੂੰ ਵੀ ਥੱਲੇ ਉਤਾਰਨ ਲੱਗੇ ਹਾਂ, ਅਤੇ ਉਸ ਤੋਂ ਬਾਅਦ ਜਿਹੜਾ ਅਸੀਂ ਰੋਟੀਆਂ ਬਣਾਉਣ ਲੱਗੇ ਹਾਂ ਰੋਟੀਆਂ, ਕਿਉਂਕਿ ਮੌਸਮ ਬਹੁਤ ਜ਼ਿਆਦਾ ਪਿਆਰਾ ਹੋ ਗਿਆ ਵੇ, ਧੁੱਪ ਜਿਹੜੀ ਉਹ ਰੈਰ ਸਿਗਨਾਂ ਦੀ ਸ਼ੁਰੂ ਕੀਤੀ ਸੀ, ਅਤੇ ਜਦੋਂ ਬਾਰਿਸ਼ ਪੈ ਰਹੀ ਸੀ, ਲੇਕਿਨ ਮੌਸਮ ਬਹੁਤ ਜ਼ਬਰਦਸਤ ਹੋ ਗਿਆ, ਹਵਾ ਠੰਡੀ ਠੰਡੀ ਚੱਲ ਰਹੀ ਹੈ, ਅਤੇ ਜਿਸ ਤਰ੍ਹਾਂ ਕਿ ਅਸੀਂ ਬਣਾਉਣ ਲੱਗੇ ਹਾਂ ਰੋਟੀਆਂ, ਬਣਾਉਣ ਦਾ ਬਹੁਤ ਜ਼ਿਆਦਾ ਮਜ਼ਾ ਆਇਆ, ਕਿਉਂਕਿ ਉਦੋਂ ਮੈਂ ਚਟਪਟੀ ਔਰ ਜਲਦੀ ਤਿਆਰ ਹੋਣ ਵਾਲੀ ਰੈਸਪੀ ਸੀ, ਅਤੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਜਿਹੜੀਆਂ ਆਸਾਨ ਚੀਜ਼ਾਂ ਨੇ ਜਿਹੜੀਆਂ ਪਿੰਡ 'ਚੋਂ ਮੁਹੱਈਆ ਹੋ ਸਕਦੀਆਂ ਨੇ, ਸਾਡੇ ਪਿੰਡਾਂ ਥਾਵਾਂ ਤੋਂ ਮਿਲਦੀਆਂ ਨੇ, ਮੈਂ ਤੁਹਾਨੂੰ ਉਹ ਚੀਜ਼ਾਂ ਦੀ ਵੀਡੀਓ ਕਰਨੀ ਦੱਸਣੀ ਆ, ਅਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜੀਆਂ ਘਰ ਚੀਜ਼ਾਂ ਮੁਹੱਈਆ ਉਹਨਾਂ ਦੇ ਨਾਲ ਤੁਹਾਨੂੰ ਦੱਸਾਂ।
ਤੇ ਜੀ ਪਲੀਜ਼ ਮੇਰੀ ਆਉਣ ਵਾਲੀ ਵੀਡੀਓ ਜਿਹੜੀ ਹੈ ਉਹਨੂੰ ਵੀ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਤਿੰਨ ਚਾਰ ਤਰ੍ਹਾਂ ਤੁਹਾਡੇ ਵਾਸਤੇ ਰੋਜ਼ ਮੈਂ ਕੋਈ ਨਾ ਕੋਈ ਨਵੀਂ ਵੀਡੀਓ ਬਾਸਾਨੀ ਜਿਹੜੀ ਜਲਦੀ ਬਣ ਜਾਵੇ ਉਹ ਲੈ ਕੇ ਆਵਾਂ ਕਰਾਂਗੀ। ਅਤੇ ਤੁਹਾਡੇ ਅੱਗੇ ਰਿਕੁਐਸਟ ਹੈ ਜੀ ਪਲੀਜ਼ ਜੀ, ਅਗਰ ਤੁਸੀਂ ਸਾਡੇ ਤੋਂ ਕਿਸੇ ਨੇ ਵੀ ਸਾਡੇ ਯੂਟਿਊਬ ਫੈਮਿਲੀ ਨੇ ਪਕੌੜੇ ਖਾਣੇ ਨੇ ਤਾਂ ਜੀ ਤੁਸੀਂ ਆ ਸਕਦੇ ਹੋ, ਇਹਨੇ ਕਹਿਣਾ ਕਿ ਸਾਨੂੰ ਸੁਲਾ ਨਹੀਂ ਮਾਰੀ। ਅਤੇ ਭੰਡ ਰੋਟੀ ਕਰਨਾ ਬਹੁਤ ਮੁਸ਼ਕਲ ਹੁੰਦੀ ਹੈ, ਦੁਆ ਕਰੋ ਸਾਡੇ ਪਿੰਡ 'ਚ ਵੀ ਗੈਸ ਆਈਏ। ਅਤੇ ਉਮੀਦ ਤਾਂ ਵੈਸੇ ਨਹੀਂ ਕਿਉਂਕਿ ਇਸ ਤਰ੍ਹਾਂ ਸਾਡੇ ਹੁਕਮਰਾਨ ਨੇ, ਮੋਸਟ ਵੈਲਕਮ ਸਾਡੀ ਵੱਲੋਂ ਤੁਹਾਨੂੰ ਉਹ ਦਾਅਵਤ ਹੈ ਕਿ ਤੁਸੀਂ ਆ ਸਕਦੇ ਹੋ ਜੀ। ਸਾਡੇ ਜਿਹੜੇ ਨੇ ਕੋਫਤਾ ਪਿਆਜ਼ ਅਤੇ ਇਹ ਸਾਡੇ ਜਿਹੜੇ ਲੱਛਾਦਾਰ ਪਿਆਜ਼ ਪਕੌੜਾ ਤਿਆਰ ਨੇ, ਬਿਲਕੁਲ ਰੈਡੀ ਨੇ, ਸਾਨੂੰ ਦਹੀਂ ਨਹੀਂ ਮਿਲੀ, ਹੁਸੈਨ ਭਾਈ ਨੂੰ ਲੱਗੀ ਹੋਈ ਪਿਆਜ਼। ਅਤੇ ਜੀ ਅਸੀਂ ਕਰਨੇ ਅੱਜ ਦੀ ਵੀਡੀਓ ਦਾ ਐਂਡ, ਅਤੇ ਅਗਲੀ ਵੀਡੀਓ ਜਿਹੜੀ ਇਨਸ਼ਾਅੱਲਾ ਤੁਹਾਡਾ ਕੱਲ੍ਹ ਮਿਲਾਂਗੇ ਦੁਬਾਰਾ, ਅਤੇ ਉਦੋਂ ਤੱਕ ਅੱਲਾ ਹਾਫਿਜ਼।